ਆਹ ਇਨਸਾਨ ਬਾਡੀਗਾਰਡ ਰੱਖਦਾ ਸੀਗਾ ਕੁੜੀਆਂ ਦਲੀਤ ਦਸਾਂਝ ਨੇ ਤੇ ਵੀਤ ਬਲਜੀਤ ਦਾ ਲਿਖਿਆ ਹੋਇਆ ਗਾਣਾ ਵੀ ਗਾਇਆ ਆ ਸੀਤੰਬੂ ਲਾਉਂਦਾ ਚੋਟੀ ਤੇ ਬਾਡੀਗਾਰਡ ਸੀ ਰੱਖਦਾ ਕੁੜੀਆਂ ਉਹਨਾਂ ਨੇ ਗੱਲ ਕੀਤੀ ਸੀ ਕਰਨਲ ਗਦਾਫੀ ਦੀ ਜਿਹੜਾ ਲਿਬੀਆ ਦਾ ਰਹਿਣ ਵਾਲਾ ਸੀ ਕਰਨਲ ਗਦਾਫੀ ਨੇ 42 ਸਾਲ ਲਿਬੀਆ ਦੇ ਉੱਪਰ ਰਾਜ ਕੀਤਾ ਉਸ ਤੋਂ ਪਹਿਲਾਂ ਲਿਬੀਆ ਦਾ ਜਿਹੜਾ ਰਾਜਾ ਸੀਗਾ ਉਹ ਅਮਰੀਕਾ ਦੇ ਨਾਲ ਰਲ ਕੇ ਅਮਰੀਕਾ ਨੂੰ ਸਸਤੇ ਭਾਅ ਤੇ ਅਮਰੀਕਨੀਆਂ ਕੰਪਨੀਆਂ ਨੂੰ ਤੇਲ ਵੇਚ ਦਿੰਦਾ ਹੁੰਦਾ ਸੀ ਜਿਸ ਦੇ ਕਰਕੇ ਉੱਥੋਂ ਦੇ ਲੋਕ ਜਿਹੜੇ ਆ ਉਹ ਗਰੀਬ ਦੇ ਗਰੀਬ ਸੀ ਪਰ ਗਦਾਫੀ ਦੀ ਸੋਚ ਇਹ ਸੀ ਕਿ ਸਾਡੇ ਮੁਲਕ ਦਾ ਜਿਹੜਾ ਤੇਲ ਆ ਉਹ ਵੱਧ ਧਾਮ ਤੇ ਵੇਚਿਆ ਜਾਵੇ ਤੇ ਇਹਦੇ ਜਿਹੜੇ ਲੋਕਾਂ ਨੂੰ ਹੀ ਬੈਨੀਫਿਟ ਮਿਲਣ ਜੋ ਵੀ ਇਸ ਤੋਂ ਕਮਾਈ ਗਵਰਨਮੈਂਟ ਕਰਦੀ ਆ ਜਾਂ ਰਾਜਾ ਕਰਦਾ ਆ ਉਹ ਲੋਕਾਂ ਦੇ ਵਿੱਚ ਵੰਡੇ ਜਾਣ ਪਰ ਉਦੋਂ ਉਸ ਨਾਮੇ ਰਾਜਾ ਨਹੀਂ ਕਿਸੇ ਕਰਦਾ ਤੇ ਗਦਾਫੀ ਲੋਕਾਂ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਪਪੂਲਰ ਹੋ ਗਿਆ ਤੇ ਇਹੇ ਉਸ ਰਾਜੇ ਦਾ ਤਖਤਾ ਪਲਟਨ ਦੇ ਵਿੱਚ ਕਾਮਯਾਬ ਰਿਹਾ ਉਸ ਤੋਂ ਬਾਅਦ ਅਸਨੇ ਅਮਰੀਕਾ ਨੂੰ ਉਹਨਾਂ ਦੀਆਂ ਕੰਪਨੀਆਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿਤਾ ਸੀ ਜੇਕਰ ਤੁਸੀਂ ਸਾਡੇ ਤੋਂ ਤੇਲ ਲੈਣਾ ਹੈ ਤਾਂ ਅਸੀਂ ਤੁਹਾਨੂੰ ਡਾਲਰਾਂ ਵੱਟੇ ਨਹੀਂ ਦੇਵਾਂਗੇ ਅਸੀਂ ਤੁਹਾਨੂੰ ਸੋਨੇ ਵੱਟੇ ਤੁਹਾਨੂੰ ਸੋਨਾ 골ਡ ਯਾਨੀ ਕਿ ਦੇਣਾ ਪੈਣਾ ਹੈ ਫਿਰ ਤੁਹਾਨੂੰ ਅਸੀਂ ਜਿਹੜਾ ਆ ਉਹ ਤੇਲ ਦੇਵਾਂਗੇ ਤੇ ਇਹ ਜਿਹੜੀ ਉਹਦੀ ਬੋਲੀ ਸੀਗੀ ਕੜਵਾਹਟ ਸੀਗੀ ਅਮਰੀਕਾ ਬਰਤੀ ਤੇ ਅਮਰੀਕਾ ਦੀਆਂ ਇਹ ਅੱਖਾਂ ਦੇ ਵਿੱਚ ਰੜਕਣ ਲੱਗ ਗਿਆ ਸੀਗਾ ਪਰ ਫਿਰ ਵੀ ਇਹ 42 ਸਾਲ ਇਸ ਨੇ ਰਾਜ ਕੀਤਾ ਤੇ ਅਮਰੀਕਾ ਦੀ ਆਖ ਇਸ ਤੇ ਸੀਗੀ ਵੀ ਜਿਸ ਦਿਨ ਮੇਰੇ ਇਹ ਦਾੜ੍ਹ 헤ਟ ਆ ਗਿਆ ਤੇ ਅਸਦੀ ਧੌਣ ਮਰੋੜ ਦੇਣੀ ਆ ਹੋਇਆ ਵੀ ਇਸ ਦੇ ਨਾਲ ਇੰਜ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜੀ ਹੋਰ ਇਸ ਦੀ ਦੱਸ ਦੇਵਾਂ ਵੀ ਇਹ ਕੁੜੀਆਂ ਨੂੰ ਬਾਡੀਗਾਰਡ ਕਿਉਂ ਰੱਖਦਾ ਸੀ ਕਿਉਂਕਿ ਇਹ ਸੋਚਦਾ ਸੀ ਗਦਾਫੀ ਕਿ ਔਰਤਾਂ ਜਿਹੜੀਆਂ ਆ ਉਹ ਮਰਦਾਂ ਤੋਂ ਘੱਟ ਨਹੀਂ ਹੈਗੀਆਂ ਤੇ ਮੁਸਲਮਾਨ ਧਰਮ ਦੇ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਜਿੱਦਾਂ ਮਰਦਾਂ ਦਾ ਨਾਦਰਜਾ ਇਸ ਕਰਕੇ ਉਹ ਔਰਤਾਂ ਨੂੰ ਯਾਨੀ ਕਿ ਲੜਕੀਆਂ ਨੂੰ ਆਪਣਾ ਬਾਡੀਗਾਰਡ ਰੱਖਦਾ ਸੀ ਉਸ ਨੇ ਲੋਕਾਂ ਦਾ ਬਹੁਤ ਫਾਇਦਾ ਕੀਤਾ ਲੋਕਾਂ ਵਾਸਤੇ ਗਦਾਫੀ ਨੇ ਪੜ੍ਹਾਈ ਫ੍ਰੀ ਕਰਤੀ ਸੀਗੀ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਉਸ ਨੂੰ 20 ਪੈਸੇ ਦਿੰਦਾ ਸੀ ਜਦੋਂ ਕਿਸੇ ਦੇ ਬੱਚਾ ਘਰ ਹੁੰਦਾ ਸੀਗਾ ਜਨਮ ਲੈਂਦਾ ਸੀ ਨਵਾਂ ਬੱਚਾ ਉੱਥੇ ਵੀ ਪੈਸੇ ਦਿੰਦਾ ਸੀ ਪਰ ਇਹ 42 ਸਾਲ ਰਾਜ ਦੇ ਵਿੱਚ ਥੋੜਾ ਜਿਹਾ ਗਲਤ ਹੋ ਗਿਆ ਸੀਗਾ ਕਿ ਲੋਕ ਇਸ ਦੇ ਖਿਲਾਫ ਬੋਲਣ ਲੱਗੇ ਸੀਗੇ ਇਸ ਨੇ ਸਾਫ ਸ਼ਬਦਾਂ ਦੇ ਵਿੱਚ ਇੱਕ ਵਾਰੀ ਇੱਕ ਇਸਨੇ ਸਪੀਚ ਬੋਲੀ ਸੀ ਸਪੀਚ ਦੇ ਵਿੱਚ ਇਸਨੇ ਕਿਹਾ ਸੀਗਾ ਕਿ ਜਿਹੜਾ ਮੇਰੇ 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 ਹਾਂ ਤੇ ਹਾਂ ਮਲਾਊਗਾ ਉਹ ਮੇਰਾ ਦੋਸਤ ਹੈ ਤੇ ਜਿਹੜਾ ਮੇਰੇ ਖਿਲਾਫ ਜਾਊਗਾ ਉਹ ਮੇਰਾ ਦੁਸ਼ਮਣ ਹੈ ਤੇ ਉਸ ਨੂੰ ਗਲੀਆਂ ਦੇ ਵਿੱਚ ਭਜਾ ਭਜਾ ਕੇ ਮਾਰਿਆ ਜਾਵੇਗਾ ਉਸ ਟਾਈਮ ਇਸਨੇ ਅਜਿਹੇ ਕੰਮ ਕੀਤੇ ਵੀ ਤੇ ਅਮਰੀਕਾ ਇਹ ਚੀਜ਼ ਚਾਹੁੰਦਾ ਸੀਗਾ ਕਿ ਇਸ ਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਜਿਹੜਾ ਆ ਉਹ ਇਰਾਕ ਨੂੰ ਸਦਾਮ ਹਸੈਨ ਨੂੰ ਖਤਮ ਕਰ ਚੁੱਕਿਆ ਸੀਗਾ ਤੇ ਉਸਨੇ ਵੀ ਤੇਲ ਕਰਕੇ ਹੀ ਥੋੜੀ ਜੀ ਕੜਵਾਹਟ ਕੀਤੀ ਸੀ ਅਮਰੀਕਾ ਦੇ ਨਾਲ ਹੁਣ ਵਾਰੀ ਗਦਾਫੀ ਦੀ ਸੀਗੀ ਗਦਾਫੀ ਦੇ ਕੋਲੇ ਇੰਨਾ ਪੈਸਾ ਸੀਗਾ ਇੰਨੀ ਧਨ ਦੌਲਤ ਸੀ ਕਿ ਉਸਦਾ ਮੁੰਡਾ ਇੱਕ ਵਾਰ ਪੈਰਿਸ ਦੇ ਜਿਹੜਾ ਪੈਂਦਾ ਹੈ ਸ਼ੋਜ਼ ਲੀਜ਼ੇ ਉੱਥੇ 120 ਦੀ ਸਪੀਡ ਦੇ ਉੱਪਰ ਗੱਡੀ ਚਲਾਈ ਸੀ ਤੇ ਫਰਾਂਸ ਦੀ ਗਵਰਨਮੈਂਟ ਉਸਦੇ ਮੁੰਡੇ ਦਾ ਚਲਾਨ ਨਹੀਂ ਕਰ ਸਕੀ ਕਿਉਂਕਿ ਉਸਦਾ ਫਰਾਂਸ ਦਾ ਉਸ ਟਾਈਮ ਦਾ ਪ੍ਰੈਜ਼ੀਡੈਂਟ ਸੀਗਾ ਨਿਕੋਲਾ ਸਰਕੋਜੀ ਉਸਦੇ ਨਾਲ ਚੰਗੀ ਬੈਣੀ ਉਠਣੀ ਸੀ ਤੇ ਇੰਗਲੈਂਡ ਦੀ ਰਾਣੀ ਉਸ ਨੂੰ ਆਪਣਾ ਦੋਸਤ ਮੰਨਦੀ ਸੀ ਜਿੰਨੇ ਵੀ ਵੱਡੇ ਵੱਡੇ ਲੋਕ ਨੇ ਸਾਰੇ ਉਸ ਨੂੰ ਆਪਣਾ ਮਿੱਤਰ ਮੰਨਦੇ ਸੀ ਪਰ ਜਸਟ ਟਾਈਮ ਆ ਉਸ ਦਾ ਤਖਤਾ ਪਲਟ ਵਾਸਤੇ ਅਮਰੀਕਾ ਨੇ ਉਸ ਤੇ ਨਿਗਾਹ ਟਿਕਾਈ ਤਾਂ ਉਹਨਾਂ ਟਾਈਮਾਂ ਦੇ ਵਿੱਚ ਸਾਰੇ ਜਿਹੜੇ ਦੋਸਤ ਆ ਉਹ ਘਰੋਂ ਘਰੀ ਵੜ ਗਏ ਤੇ ਸਾਰਿਆਂ ਨੇ ਤਮਾਸ਼ਾ ਦੇਖਿਆ ਅਮਰੀਕਾ ਨੇ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਨਿਕੋਲਾ ਸਰਕੋਜੀ ਦੀ ਇੱਕ ਇੱਥੇ ਮੀਟਿੰਗ ਹੋਈ ਸੀ ਤੇ ਮੀਟਿੰਗ ਦੇ ਵਿੱਚ ਹੋਇਆ ਕਿ ਵੀ ਹੁਣ ਬਹੁਤ ਹੋ ਗਿਆ ਉਹ ਆਪਣਾ ਉਹ ਅਸਲ ਦੇ ਵਿੱਚ ਆਪਣਾ ਹੱਕ ਮੰਗ ਰਿਆ ਸੀਗਾ ਕਿ ਵੀ ਜੇਕਰ ਸਾਡੇ ਤੋਂ ਤੇਲ ਲੈਣਾ ਹੈ ਤੇ ਸਾਨੂੰ ਸੋਨਾ ਦਿਓ ਨਾ ਕਿ ਅਸੀਂ ਡਾਲਰ ਲੈਣੇ ਆ ਪਰ ਉਸ ਦੇ ਖਿਲਾਫ ਸਾਰੀ ਵਿਉਂਤ ਘੜੀ ਜਾ ਚ ਪੀਸੀ ਤੇ ਉਹਦੇ ਉੱਪਰ ਜਿਹੜੀਆਂ ਆ ਟੌਣ ਦੀ ਉਸ ਨੂੰ ਪੂਰੀ ਤਿਆਰੀ ਹੋ ਚੁੱਕੀ ਸੀ ਤੇ ਗਦਾਫੀ ਨੂੰ ਉਹਨਾਂ ਲਿਬੀਆ ਦੇ ਲੋਕਾਂ ਨੇ ਹੀ ਭਜਾ ਭਜਾ ਕੇ ਮਾਰਿਆ ਉਸ ਦੇ ਅੰਤ ਅੰਤ ਸਮੇਂ ਦੇ ਵਿੱਚ 20 ਅਕਤੂਬਰ 2011 ਦੇ ਵਿੱਚ ਉਸ ਦੀ ਮੌਤ ਹੋ ਗਈ ਤੇ ਅਮਰੀਕਾ ਦਾ ਬਹੁਤ ਵੱਡਾ ਹੱਥ ਸੀਗਾ ਉਸ ਦਾ ਤਖਤਾ ਪਲਟਣ ਪਲਟਣ ਦੇ ਵਿੱਚ ਉੱਪਰੋਂ ਜਿਹੜੇ ਨਾਟੋ ਦੇ ਹੈਲੀਕਾਪਟਰਾਂ ਨੇ ਹਮਲਾ ਕੀਤਾ ਤੇ ਫਿਰ ਹੋਰ ਅਮਰੀਕਾ ਤੋਂ ਜਿਹੜੀ ਫੌਜ ਵੀ ਆਈ ਹੋਈ ਸੀ ਉਸ ਟਾਈਮ ਲਿਬੀਆ ਦੇ ਉੱਪਰ ਉੱਥੋਂ ਇਸ ਦਾ ਰਾਜ ਖਤਮ ਕਰਨ ਵਾਸਤੇ ਇਸ ਦਾ ਜਿਹੜਾ ਮੁੰਡਾ ਸੀਗਾ ਉਹ ਉਹਨਾਂ ਉਸ ਟਾਈਮ ਦੇ ਵਿੱਚ ਫਰਾਰ ਹੋ ਗਿਆ ਸੀ ਤੇ ਇਸ ਦੇ ਟੋਟਲ ਤਿੰਨ ਬੱਚੇ ਸੀਗੇ ਤਿੰਨਾਂ ਦੇ ਵਿੱਚੋਂ ਜਿਹੜੇ ਦੋ ਸੀਗੇ ਉਹ ਮਾਰਤੇ ਸੀਗੇ ਲੋਕਾਂ ਨੇ ਉਸੇ ਵਕਤ ਤੇ ਇਹਨੂੰ ਵੀ ਲੋਕਾਂ ਨੇ ਕੁੱਟ-ਕੁੱਟ ਕੇ ਸਦਾ ਸੌਰੀ ਗਰਾਫੀ ਨੂੰ ਮਾਰਤਾ ਸੀਗਾ ਤੇ ਜਿਹੜਾ ਇਸ ਦਾ ਇੱਕ ਮੁੰਡਾ ਸੀਗਾ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਤੇ ਹੁਣ ਕੁਝ ਕੁ ਸਾਲ ਪਹਿਲਾਂ ਇਸ ਦਾ ਮੁੰਡਾ ਇੱਕ ਗੁਫਾ ਦੇ ਵਿੱਚੋਂ ਮਿਲਿਆ ਇਹ ਉਹੀ ਮੁੰਡਾ ਸੀ ਜਿਸ ਨੇ ਫਰਾਂਸ ਦੇ ਸ਼ੌਂਧਲੀ ਦੇ ਵਿੱਚ ਗੱਡੀ ਚਲਾਈ ਸੀ ਤੇ ਚਲਾਨ ਨਹੀਂ ਕਰ ਸਕੀ ਸੀ ਫਰਾਂਸ ਦੀ ਗਵਰਨਮੈਂਟ ਉਸ ਦੀਆਂ ਉਂਗਲਾਂ ਟੁੱਟੀਆਂ ਹੋਈਆਂ ਸੀ ਉਸ ਨੇ ਆਪਣੀਆਂ ਉਂਗਲਾਂ ਦੇ ਉੱਪਰ ਪਟਨੀਆਂ ਲਪੇਟੀਆਂ ਯਾਨੀ ਕਿ ਪਲਾਸਟਰ ਕੀਤਾ ਸੀ ਤੇ ਦਿਮਾਗੀ ਤੌਰ ਤੇ ਉਹ পাগল ਹੋ ਚੁੱਕਿਆ ਸੀ ਕਹਿੰਦਾ ਮਤਲਬ ਆ ਕਿ 42 ਸਾਲਾਂ ਕਿਸੇ ਮੁਲਕ ਦਾ ਰਾਜਾ ਰਹਿਣ ਵਾਲਾ ਇਨਸਾਨ ਆ ਜਦੋਂ ਉਸ ਦਾ ਅੰਤ ਸਮਾ ਆਇਆ ਤੇ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸ ਦਾ ਜਿਹੜਾ ਮੁੰਡਾ ਸੀ ਉਹ ਵੀ ਸ਼ਾਹੀ ਜ਼ਿੰਦਗੀ ਜਿਹਾਉਂਦਾ ਸੀ ਇੱਕ ਵਾਰ ਉਸ ਨੂੰ ਲੰਡਨ ਦੇ ਵਿੱਚ ਇੱਕ ਘਰ ਪਸੰਦ ਆ ਗਿਆ ਤੇ ਕਹਿੰਦੇ ਉਹ ਮਿਲੀਅਨ ਮਿਲੀਅਨ ਡਾਲਰਾਂ ਦਾ ਸੀਗਾ ਤੇ ਉਸ ਨੇ ਉਸੇ ਵਕਤ ਉਹਦਾ ਘਰ ਦਾ ਸੌਦਾ ਕਰਤਾ ਸੀਗਾ ਕਿ ਮੈਨੂੰ ਇਹ ਘਰ ਚਾਹੀਦਾ ਆ ਤੇ ਉਹ ਇੰਨੀ ਚੜ੍ਹਾਈ ਸੀ ਗਦਾਫੀ ਦੀ ਜਿੱਦਾਂ ਰਣਜੀਤ ਬਾਵੇ ਨੇ ਵੀ ਗਾਣੇ ਵਿੱਚ ਨਾਮ ਲਿਆ ਸੀਗਾ ਕਿ ਚਰਚਾ ਗਦਾਫੀ ਦਾ ਵੀ ਬੜਾ ਸੀ ਤੇ ਆਮ ਗਾਣਿਆਂ ਦੇ ਵਿੱਚ ਨਾਮ ਇਸ ਦਾ ਆਉਂਦਾ ਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਬਹੁਤ ਲੋਕ ਇਸ ਨੂੰ ਸਹੀ ਮੰਨਦੇ ਆ ਇਸ ਨੂੰ ਮਿਸ ਕਰਦੇ ਆ ਲਿਬੀਆ ਦੇ ਕਿ ਜੇ ਉਹ ਹੁੰਦਾ ਲਿਬੀਆ ਦੇ ਵਿੱਚ ਸ਼ਾਇਦ ਲਿਬੀਆ ਦੀ ਕੁਝ ਅੱਜ ਦੁਨੀਆ ਦੇ ਵਿੱਚ ਨਕਸ਼ ਤੇ ਹੋਰ ਹੋਣਾ ਸੀਗਾ ਲਿਬੀਆ ਮਲਕ ਕਿਉਂਕਿ ਉਸ ਦੀ ਬਦੌਲਤ 52ਵੇਂ ਸਥਾਨ ਦੇ ਉੱਪਰ ਲਿਬੀਆ ਆ ਗਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਜੋ ਹਰ ਇੱਕ ਤੱਕ ਪਹੁੰਚ ਜਾਵੇ ਮਿਲਦੇ ਆ ਨਵੀਂ ਜਾਣਕਾਰੀ ਦੇ ਨਾਲ ਬਹੁਤ ਬਹੁਤ ਧੰਨਵਾਦ